ਕੈਨੇਡਾ ਦੇ ਵਿੱਚ ਚੇਂਜਸ ਆ ਰਹੇ ਨੇ ਇਮੀਗ੍ਰੇਸ਼ਨ ਦੇ ਵਿੱਚ ਚੇਂਜਸ ਆ ਰਹੇ ਨੇ ਬ੍ਰੈਂਟਨ ਵਿੱਚ ਕੁਮਾਂਤਰੀ ਵਿਦਿਆਰਥੀਆਂ ਵੱਲੋਂ ਇੱਕ ਵਾਰੀ ਫੇਰ ਤੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਕਿ ਕੈਨੇਡਾ ਨੇ ਵਿਸਟਰ ਵੀਜ਼ੇ ਬੰਦ ਕਰਤੇ ਆਏ ਸਟੱਡੀ ਵੀਜ਼ੇ ਬੰਦ ਕਰ ਤੁਹਾਨੂੰ ਕੈਨੇਡਾ ਆ ਕੇ ਪੱਕੇ ਨਹੀਂ ਹੋ ਸਕਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਸਾਡੇ YouTube ਚੈਨਲ ਮਿਸਟਰ ਐਂਡ ਮਿਸਿਸ ਸਿੱਧੂ ਤੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਸਾਰੀਆਂ ਗੱਲਾਂ ਦੇ ਜਿਹੜੇ ਜਵਾਬ ਦੇਣੇ ਆਗੇ ਕਿਉਂਕਿ ਰੀਸੈਂਟਲੀ ਜਿਹੜੇ ਕੈਨੇਡਾ ਦੇ ਵਿੱਚ ਚੇਂਜਸ ਆ ਰਹੇ ਨੇ ਇਮੀਗ੍ਰੇਸ਼ਨ ਦੇ ਵਿੱਚ ਚੇਂਜਸ ਆ ਰਹੇ ਨੇ ਇਹਨਾਂ ਚੀਜ਼ਾਂ ਦਾ ਜਿਹੜਾ ਇੰਡੀਆ ਦੇ ਵਿੱਚ ਹੈਗਾ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਸਾਨੂੰ ਸਾਡੇ ਆਫਿਸ ਦੇ ਵਿੱਚ ਬਹੁਤ ਕਾਲਜ਼ ਆਉਂਦੀਆਂ ਨੇ ਸਾਨੂੰ ਕਾਲਜ਼ ਆਉਂਦੀਆਂ ਨੇ ਕਿ ਕੀ ਕੈਨੇਡਾ ਨੇ ਵਿਸਟਰ ਵੀਜ਼ੇ ਬੰਦ ਕਰਤੇ ਆਗੇ ਕੀ ਕੈਨੇਡਾ ਨੇ ਸਟੱਡੀ ਵੀਜ਼ੇ ਬੰਦ ਕਰਤੇ ਕੀ ਪਲੱਸ 2 ਵਾਲਾ ਬੱਚਾ ਹੁਣ ਕੈਨੇਡਾ ਆ ਕੇ ਪੱਕੇ ਨਹੀਂ ਹੋ ਸਕਦਾ ਵਰਕ ਪਰਮਿਟ ਦਾ ਕੀ ਰੌਲਾ ਚੱਲ ਰਿਹਾਗਾ ਜਾ ਇੱਥੇ ਜਿਹੜੇ ਕਾਲਜ ਸਿਸਟਮ ਆਗਾ ਉਹਨਾਂ ਨੇ ਕੀ ਚੇਂਜਸ ਕੀਤੇ ਆ ਸੋ ਤੁਸੀਂ ਵੱਖ-ਵੱਖ ਚੈਨਲਸ ਤੇ ਵੀਡੀਓ ਤਾਂ ਦੇਖੀਆਂ ਹੋਣੀਆਂ ਨੇ ਉਹਨਾਂ ਨੇ ਅਲੱਗ-ਅਲੱਗ ਟਾਈਟਲਸ ਦਿੱਤੇ ਨੇ ਆਪਣੀਆਂ ਵੀਡੀਓਜ਼ ਨੂੰ ਕਈ ਵਾਰੀ ਆਪਾਂ ਉਹ ਟਾਈਟਲ ਦੇਖ ਕੇ ਸਾਰੀਆਂ ਚੀਜ਼ਾਂ ਨੂੰ ਜੱਜ ਕਰ ਲੈਣੇ ਆਂਗੇ ਪਰ ਆਪਾਂ ਪ੍ਰੋਪਰ ਵੀਡੀਓ ਦੇਖਦੇ ਨਹੀਂ ਵੀ ਉਹਦੇ ਵਿੱਚ ਗੱਲ ਕਿਸ ਚੀਜ਼ ਬਾਰੇ ਹੋ ਰਹੀ ਆ ਸੋ ਮੈਂ ਉਮੀਦ ਕਰਦਾ ਕਿ ਤੁਸੀਂ ਇਹ ਵੀਡੀਓ ਨੂੰ ਜ਼ਰੂਰ ਦੇਖੋਗੇ ਤੇ ਐਂਡ ਤੱਕ ਦੇਖੋਗੇ ਜੇਕਰ ਤੁਹਾਡਾ ਕੈਨੇਡਾ ਆਉਣ ਦਾ ਸੁਪਨਾ ਹੈਗਾਗਾ ਜਾਂ ਤੁਸੀਂ ਆਪਣੇ ਕਿਸੇ ਵੀ ਬੱਚੇ ਨੂੰ ਕੈਨੇਡਾ ਭੇਜਣਾਗਾ ਸੋ ਆਪਾਂ ਵੀਡੀਓ ਦੇ ਵਿੱਚ ਜ਼ਿਆਦਾ ਟਾਈਮ ਨਹੀਂ ਖਰਾਬ ਕਰਾਂਗੇ ਆਪਾਂ ਪ੍ਰੋਪਰ ਗੱਲ ਕਰਦੇਾਂਗੇ ਇੱਕ ਇੱਕ ਟੌਪਿਕ ਤੇ ਪਹਿਲਾਂ ਆਪਾਂ ਗੱਲ ਕਰਾਂਗੇ ਵਰਕ ਪਰਮਿਟ ਨੂੰ ਲੈ ਕੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਕਿ ਜਦੋਂ ਕੈਨੇਡਾ ਦੇ ਵਿੱਚ ਅ ਸਟੂਡੈਂਟ ਜਿਹੜਾ ਉਹ ਸਟੱਡੀ ਕੰਪਲੀਟ ਕਰਦਾ ਸੀ ਤਾਂ ਗਵਰਨਮੈਂਟ ਦੇ ਵੱਲੋਂ ਉਹਨੂੰ ਵਰਕ ਪਰਮਿਟ ਇਸ਼ੂ ਹੁੰਦਾ ਸੀ ਪਹਿਲਾਂ ਕੀ ਹੁੰਦਾ ਸੀ ਕਿ ਜੇ ਤੁਸੀਂ 1 ਸਾਲ ਦੀ ਪੜ੍ਹਾਈ ਕਰਦੇ ਹੋ ਤਾਂ ਤੁਹਾਨੂੰ 1 ਸਾਲ ਦਾ ਵਰਕ ਪਰਮਿਟ ਦਿੱਤਾ ਜਾਂਦਾ ਸੀਗਾ ਕਿ ਤੁਹਾਡੇ ਕੋਲ 1 ਸਾਲ ਦਾ ਸਮਾਂ ਹੈਗਾ ਵਾ ਤੁਸੀਂ ਪੀਆਰ ਪਾਥਵੇਸ ਫਾਈਂਡ ਕਰਕੇ ਆਪਣੀ ਪਰਮਨੈਂਟ ਰੈ residency ਹਾਸਿਲ ਕਰ ਸਕਦੇ ਹੋ ਬਾਅਦ ਚ ਕੀ ਹੋਇਆ ਕਿ ਉਹਨਾਂ ਨੇ ਕਿਹਾ ਕਿ ਜੇ ਤੁਸੀਂ 2 ਸਾਲ ਦੀ ਪੜ੍ਹਾਈ ਕਰੋਗੇ ਤਾਂ ਤੁਹਾਨੂੰ 3 ਸਾਲ ਦਾ ਵਰਕ ਪਰਮਿਟ ਮਿਲੇਗਾ ਜੀਦੇ ਕਰਕੇ ਕੀ ਹੁੰਦਾ ਸੀ ਕਿ ਮੋਸਟਲੀ ਸਟੂਡੈਂਟਸ ਜਿਹੜੇ ਸੀ ਉਹ 2 ਸਾਲ ਦੀ ਪੜ੍ਹਾਈ ਚੂਸ ਕਰਦੇ ਸੀ ਕਿ ਸਾਡੇ ਕੋਲ ਇਨਫ ਟਾਈਮ ਹੋਊਗਾ ਪੀਆਰ ਦੇ ਜਿਹੜੇ ਆ ਪਾਥਵੇਜ਼ ਦੇਖਣ ਦਾ ਤੇ ਹੋਰ ਪ੍ਰੋਵਿੰਸਾਂ ਦੇ ਵਿੱਚ ਸਟੂਡੈਂਟ ਮੂਵ ਹੋ ਜਾਂਦੇ ਸੀ ਤੇ ਆਪਣੇ ਪੀਆਰ ਦੀ ਜਿਹੜੀ ਰੈ residenccy ਆ ਉਹ ਹਾਸਲ ਕਰ ਲੈਂਦੇ ਸੀ ਬਟ ਰੀਸੈਂਟਲੀ ਗਵਰਨਮੈਂਟ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਵਿੱਚ ਵੀ ਬਹੁਤ ਸਾਰੇ ਚੇਂਜਸ ਕੀਤੇ ਸੋ ਗਵਰਨਮੈਂਟ ਨੇ ਇਹ ਕਿਹਾ ਕਿ ਪਬਲਿਕ ਪ੍ਰਾਈਵੇਟ ਕਾਲਜਸ ਹੁਣ ਪਬਲਿਕ ਪ੍ਰਾਈਵੇਟ ਕਾਲਜਸ ਕੀ ਹੁੰਦੇ ਕਿ ਜਿਵੇਂ ਲਾਲੋ ਕਿ ਤੁਸੀਂ ਲੈਂਪਟਨ ਕਾਲਜ ਉਹਦਾ ਮੇਨ ਕੈਂਪਸ ਹੈਗਾ ਵਸਾਰਨੀਆਂ ਦੇ ਵਿੱਚ ਪਰ ਉਹਦੀਆਂ ਛੋਟੀਆਂ-ਛੋਟੀਆਂ ਪ੍ਰਾਈਵੇਟ ਬ੍ਰਾਂਚੇਸ ਜਿਹੜੀਆਂ ਸਗੀਆਂ ਉਹ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਖੁੱਲ ਗਈ ਇਕ ਟੋਰਾਂਟੋ ਦੇ ਵਿੱਚ ਆ ਮਿਸਿਸ ਆਗਾ ਦੇ ਵਿੱਚ ਸੇਮ ਜੇ ਆਪਾਂ ਕਾਰਨਸਟਾਕਾ ਦੀ ਗੱਲ ਕਰੀਏ ਸੈਂਟ ਕਲੀਅਰ ਦੀ ਗੱਲ ਕਰੀਏ ਬਹੁਤ ਸਾਰੇ ਕਾਲਜੇਸ ਆ ਜਿਨ੍ਹਾਂ ਦੇ ਮੇਨ ਕੈਂਪਸ ਕਿਤੇ ਹੋਰ ਸੀ ਪਰ ਉਹਨਾਂ ਨੇ ਛੋਟੀਆਂ-ਛੋਟੀਆਂ ਦੁਕਾਨਾਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਖੋਲ ਦਿੱਤੀਆਂ ਤੇ ਜੇ ਤੁਸੀਂ ਉਹ ਕਾਲਜੇਸ ਨੂੰ ਦੇਖੋਗੇ ਵੀ ਤਾਂ ਉਹ ਕਾਲਜ ਇੰਡੀਆ ਦੇ ਵਿੱਚ ਉਤੋਂ ਵੱਡੇਅਸ ਇੰਸਟੀਟਿਊਟ ਹੋਣਗੇ ਜਿੱਡੇ-ਜਿੱ ਸੋ ਹੁਣ ਇਹ ਕਿਆ ਗਵਰਨਮੈਂਟ ਨੇ ਕਿ ਜਿਹੜੇ ਉਹ ਪ੍ਰਾਈਵੇਟ ਕਾਲਜੇਸ ਦੇ ਵਿੱਚ ਪੜਨਗੇ ਉਹਨਾਂ ਨੂੰ ਵਰਕ ਪਰਮਿਟ ਈਸ਼ੂ ਨਹੀਂ ਹੋਊਗਾ ਜਿਹਦਾ ਇੰਪੈਕਟ ਕਿਤੇ ਨਾ ਕਿਤੇ ਸਟੂਡੈਂਟਸ ਤੇ ਵੀ ਪਿਆ ਕਿਉਂਕਿ ਕੀ ਹੋਇਆ ਕਾਲਜੇਸ ਨੇ ਕੀ ਕੀਤਾ ਹੁਣ ਉਹਨਾਂ ਨੂੰ ਪਤਾ ਵਾ ਕਿ ਗਾ ਤੋਂ ਦਾ ਸਾਡੇ ਕਾਲਜ ਦੇ ਵਿੱਚ ਕਿਸੇ ਸਟੂਡੈਂਟ ਨੇ ਆਉਣਾ ਨਹੀਂ ਹੈ ਜਿਹੜੇ ਪਹਿਲਾਂ ਬੱਚੇ ਪੜ ਰਹੇ ਸੀਗੇ ਕਿਉਂਕਿ ਇਹ ਰੂਲ ਇੰਪਲੀਮੈਂਟ ਹੋਣੇ ਸੀ ਜਿਨ੍ਹਾਂ ਨੇ ਪੜਾਈ ਲੈਣੀ ਸੀ 15 ਮਈ 2024 ਤੋਂ ਬਾਅਦ ਬਟ ਜਿਹੜੇ ਪਹਿਲਾ ਬੱਚੇ ਉੱਥੇ ਪੜ੍ਹ ਰਹੇ ਸੀ ਉਹਨਾਂ ਦੀਆਂ ਸੱਪਲੀਆਂ ਜਿਹੜੀਆਂ ਵਾ ਉਹ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇਸੇ ਕਰਕੇ ਬਹੁਤ ਸਾਰੇ ਸਟੂਡੈਂਟਸ ਜਿਹੜੇ ਆ ਉਹ ਇਸ ਟਾਈਮ ਵੀ ਪ੍ਰੋਟੈਸਟ ਤੇ ਬੈਠੇ ਆ ਜੀ ਪ੍ਰੋਟੈਸਟਡ ਆਫਟਰ ਫੇਲਿੰਗ देयर ਐਗਜ਼ਾਮਸ ਡਿਮਾਂਡਿੰਗ ਗ੍ਰੇਸ ਮਾਰਕਸ ਟੂ ਪਾਸ ਦੇ ਆਰਗੂਡਡ ਥੈ ਡੋਨਟ ਹੈਵ ਟਾਈਮ ਟੂ ਰੀਟੇਕ ਐਗਜ਼ਾਮਸ ਐਂਡ ਇਨਸਿਸਟਡ ਔਨ ਰੀਸੀਵਿੰਗ ਅ ਪਾਸਿੰਗ ਗ੍ਰੇਡ ਇਮੀਡੀਐਟਲੀ ਜੇਪਸੈਂਟ ਕਲੀਅਰ ਕਾਲਜ ਦੀ ਗੱਲ ਕਰੀਏ ਪਹਿਲਾਂ ਉਹ ਕਾਲਜ ਬਿਲਕੁਲ ਬੇਕਾਰ ਕਾਲਜ ਮੰਨਿਆ ਜਾਂਦਾ ਸੀਗਾ ਆ ਲੀਨਿਐਂਟ ਕਾਲਜ ਸੀਗਾ ਕਿ ਉੱਥੇ ਸਟੂਡੈਂਟ ਪੜ੍ਹਾਈ ਕਰਦੇ ਸੀਗੇ ਬਹੁਤ ਸਾਰੇ ਸਟੂਡੈਂਟ ਕਲਾਸਿਸ ਵੀ ਨਹੀਂ ਸੀ ਲਾਉਂਦੇ ਬਟ ਕਾਲਜ ਜਿਹੜਾ ਸੀ ਉਹ ਪਾਸ ਕਰਦਾ ਸੀਗਾ ਬਟ ਰੀਸੈਂਟਲੀ ਸੈਂਡ ਕਲੀਅਰ ਨੇ ਬਹੁਤ ਸਾਰੇ ਸਟੂਡੈਂਟਸ ਫੇਲ ਕੀਤੇ ਜਿਹਦੇ ਕਰਕੇ ਕਿ ਉਹ ਸਟੂਡੈਂਟਸ ਵੀ ਜਿਹੜੇ ਆ ਪ੍ਰੋਟੈਸਟ ਤੇ ਬੈਠੇ ਆ ਹੁਣ ਇੱਥੇ ਬਹੁਤ ਸਾਰੇ ਲੋਕ ਇਹ ਸੋਚਦੇ ਹੋਣੇ ਆ ਸਟੂਡੈਂਟ ਦੀ ਮਿਸਟੇਕ ਆ ਗਈ ਪਰ ਅਸੀਂ ਕਈ ਸਟੂਡੈਂਟਸ ਨੂੰ ਮਿਲੇ ਆਂਗੇ ਤੇ ਜਿਵੇਂ ਪਵਨ ਦੀ ਕਜ਼ਨ ਆ ਗਈ ਉਹ ਵੀ ਇੱਕ ਕਾਨਸਟਾਕਾ ਕਾਲਜ ਦੇ ਵਿੱਚ ਪੜ੍ਹ ਰਹੀ ਆ ਉੱਥੇ ਵੀ ਬੱਚਿਆਂ ਨੂੰ ਫੇਲ ਕੀਤਾ ਜਾ ਰਿਹਾ ਹੋਰ ਬਹੁਤ ਸਾਰੇ ਬੱਚੇ ਆ ਜਿਨ੍ਹਾਂ ਦਾ ਲਾਸਟ ਸੈਮੈਸਟਰ ਚੱਲ ਰਿਹਾ ਸੀਗਾ ਉਹਨਾਂ ਨੂੰ ਇੱਕ ਇੱਕ ਪੇਪਰ ਦੇ ਵਿੱਚੋਂ ਫੇਲ ਕਰਤਾ ਕਾਰਨ ਇਹੀ ਸੀਗਾ ਵੀ ਜੇਕਰ ਇਹਨਾਂ ਬੱਚਿਆਂ ਨੂੰ ਅਸੀਂ ਪਾਸ ਕਰਤਾ ਨਵੇਂ ਬੱਚੇ ਸਾਡੇ ਕੋਲ ਆਉਣੇ ਨਹੀਂਗੇ ਤੇ ਸਾਡਾ ਜਿਹੜਾ ਸਿਸਟਮ ਆ ਸਾਡਾ ਬਿਜ਼ਨਸ ਆ ਉਹ ਰੁਕ ਜਾਣਾਗਾ ਇਸੇ ਕਰਕੇ ਉਹਨਾਂ ਨੇ ਬੱਚਿਆਂ ਨੂੰ ਫੇਲ ਕਰਨਾ ਸਟਾਰਟ ਕਰਤਾ ਕਿਉਂਕਿ ਜੇ ਅਸੀਂ ਬੱਚੇ ਨੂੰ ਫੇਲ ਕਰਾਂਗੇ ਉਹ ਦੁਬਾਰਾ ਫੇਰ ਆਪਣੀ ਸਟੱਡੀ ਪੂਰੀ ਕਰਨ ਦੇ ਲਈ ਸਾਨੂੰ ਫੀਸਾਂ ਪੇ ਕਰੂਗਾ ਤੇ ਜਦੋਂ ਸਾਡੇ ਕੋਲੇ ਫੀਸਾਂ ਆਉਣਗੀਆਂ ਤਾਂ ਸਾਡਾ ਬਿਜ਼ਨਸ ਚੱਲੂਗਾ ਸੋ ਇਹ ਜਿਹੜਾ ਪ੍ਰੋਪਗੈਂਡਾ ਚੱਲ ਰਿਹਾਗਾ ਇਸ ਟਾਈਮ ਦੇ ਉੱਤੇ ਤੇ ਤਾਂ ਹੀ ਬੱਚੇ ਜਿਹੜੇ ਆਗੇ ਧਰਨੇ ਤੇ ਬੈਠੇ ਨੇਗੇ ਈਵਨ ਆਲ ਕਈ ਬੱਚਿਆਂ ਦੇ ਨਾਲ ਸਾਡੀ ਗੱਲ ਹੋਈ ਜਿਨ੍ਹਾਂ ਨੂੰ ਅਸੀਂ ਪੁੱਛਿਆ ਤਾਂ ਉਹ ਕਹਿੰਦੇ ਵੀ ਸਾਡੀਆਂ ਜਿਹੜੀਆਂ ਅਸਾਈਨਮੈਂਟਸ ਆ ਸੀਗੀਆਂ ਅਸੀਂ ਹਰ ਪ੍ਰੂਫ ਵੀ ਦਿੱਤੇ ਆ ਬਟ ਕਾਲ ਸਾਨੂੰ ਅਦਾਰਿਆਂ ਕੋਲੇ ਭੇਜ ਦਿੰਦੇ ਨੇ ਕਿ ਤੁਸੀਂ ਉਹਨਾਂ ਕੋਲੇ ਜਾਓ ਤੁਸੀਂ ਉਹਨਾਂ ਕੋਲੇ ਜਾਓ ਪਰ ਸਾਡੀ ਕੋਈ ਗੱਲ ਨਹੀਂ ਸੁਣੀ ਜਾਂਦੀ ਐ ਇਸੇ ਕਰਕੇ ਸਾਨੂੰ ਹਾਰ ਕੇ ਇੱਥੇ ਧਰਨੇ ਤੇ ਬੈਠਣਾ ਪੈ ਰਿਹਾ ਹੁਣ ਮੈਂ ਥੋੜੀ ਜੀ ਗੱਲ ਕਰਦਾ ਇੱਥੇ ਵੀ ਫੀਸ ਕਿੰਨੀ ਹੈ ਜੇ ਮੰਨ ਲਓ ਹੁਣ ਕੋਈ ਬੱਚਾ ਇੱਕ ਸੈਮੈਸਟਰ ਦੇ ਵਿੱਚ ਇੱਕ ਸਬਜੈਕਟ ਚੋਂ ਵੀ ਫੇਲ ਹੋ ਜਾਂਦਾ ਤਾਂ ਉਹਨੂੰ 1500 ਡਾਲਰ ਘੱਟ ਤੋਂ ਘੱਟ ਭਰਨਾ ਪੈਂਦਾ ਜਿਹੜਾ ਬੱਚਾ ਲਾਸਟ ਸੈਮੈਸਟਰ ਦੇ ਵਿੱਚ ਫੇਲ ਹੋ ਗਿਆ ਉਹਦੀ ਸਟੱਡੀ ਪੂਰੀ ਨਹੀਂ ਹੋਈ ਨਾ ਹੀ ਉਹਨੇ ਅੱਗੇ ਜਾ ਕੇ ਵਰਕ ਪਰਮਿਟ ਅਪਲਾਈ ਕਰ ਸਕਦਾ ਜਿੰਨਾ ਟਾਈਮ ਉਹਦੀ ਪੜਾਈ ਪੂਰੀ ਨਹੀਂ ਹੁੰਦੀ ਤੇ ਉਹਨੂੰ ਚਾਰ ਸੈਮੈਸਟਰ ਚਾਰ ਮਹੀਨੇ ਜਿਹੜੇ ਆ ਅੱਗੇ ਉਹ ਸੈਮੈਸਟਰ ਚ ਹੋਰ ਲਾਉਣੇ ਪੈਣਗੇ ਸਟੱਡੀ ਪਰਮਿਟ ਐਕਸਟੈਂਡ ਕਰਵਾਉਣਾ ਪਊਗਾ ਫੀਸ ਪੇ ਕਰਨੀ ਪਊਗੀ ਤੇ ਅੱਗੇ ਜਾ ਕੇ ਵਰਕ ਪਰਮਿਟ ਦੇ ਲਈ ਫੇਰ ਵੇਟ ਕਰਨੀ ਪਊਗੀ ਐਨਾ ਸਮਾਂ ਬੱਚਿਆਂ ਦਾ ਖ ਸੋ ਹੁਣ ਆਪਾਂ ਨੈਕਸਟ ਗੱਲ ਕਰਦੇ ਆਂਗੇ 스파우스 ਕੇਸ ਦੀ ਤੁਹਾਨੂੰ ਵੀ ਪਤਾ ਪਿੱਛੇ ਜੇ ਚੇਂਜਸ ਆਏ ਸੀਗੇ ਵੀ ਹੁਣ 스파우스 ਜਿਹੜੇ ਆਗੇ ਉਹ ਕੈਨੇਡਾ ਦੇ ਵਿੱਚ ਨਹੀਂ ਆ ਸਕਦੇ ਜੇਕਰ ਉਹਨਾਂ ਦੇ ਜਿਹੜੇ ਮੇਨ ਐਪਲੀਕੈਂਟ ਆਗੇ ਇੱਥੇ ਪੋਸਟ ਗ੍ਰੈਜੂਏਸ਼ਨ ਡਿਪਲੋਮੇ ਦੇ ਵਿੱਚ ਸਟੱਡੀ ਕਰ ਰਹੇ ਹੈਗੇ ਜਾਂ ਅੰਡਰ ਗ੍ਰੈਜੂਏਸ਼ਨ ਡਿਪਲੋਮੇ ਦੇ ਵਿੱਚ ਸਟੱਡੀ ਕਰ ਰਹੇ ਆ ਪਰ ਜੇਕਰ ਤੁਹਾਡਾ 스파우스 ਕੈਨੇਡਾ ਦੇ ਵਿੱਚ ਮਾਸਟਰ ਪ੍ਰੋਗਰਾਮ ਕਰ ਰਿਹਾ ਜਾਂ ਕੋਈ ਡਾਕਟਰ ਲੈਵਲ ਦੀ ਸਟੱਡੀ ਕਰ ਰਿਹਾ ਤਾਂ ਤਾਂ ਤੁਸੀਂ ਆਪਣੇ 스파우스 ਨੂੰ ਇੱਥੇ ਬੁਲਾ ਸਕਦੇ ਹੋਗੇ ਦੂਸਰਾ ਜੇਕਰ ਤੁਹਾਡਾ ਸਪਾਊਸ ਇੱਥੇ ਕਹ ਲੋ ਕਿ ਅੰਡਰ ਗ੍ਰੈਜੂਏਸ਼ਨ ਡਿਪਲੋਮਾ ਕਰ ਰਿਹਾ ਜਾਂ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕਰ ਰਿਹਾ ਜਦੋਂ ਉਹਨੇ ਇੱਥੇ ਪੜ੍ਹਾਈ ਪੂਰੀ ਕਰ ਲਈ ਆ ਉਸ ਤੋਂ ਬਾਅਦ ਜਦੋਂ ਉਹਨੇ ਆਪਣਾ ਵਰਕ ਪਰਮਿਟ ਅਪਲਾਈ ਕਰ ਲਿਆ ਫਿਰ ਉਹ ਤੁਹਾਨੂੰ ਸਪਾਊਸ ਓਪਨ ਵਰਕ ਪਰਮਿਟ ਦੇ ਇੱਥੇ ਬੁਲਾ ਸਕਦਾਗਾ ਇਹ ਸਿਰਫ ਉਹਨਾਂ ਤੇ ਰੂਲ ਇੰਪਲੀਮੈਂਟ ਹੋਇਆ ਜਿਹੜੇ ਹਜੇ ਕੈਨੇਡਾ ਨਹੀਂ ਆਏ ਜਿਹੜੇ ਆਲਰੇਡੀ ਆ ਚੁੱਕੇ ਆ ਉਹਨਾਂ ਦਾ ਇਹਨਾਂ ਰੂਲਸ ਦਾ ਕੋਈ ਵੀ ਇਫੈਕਟ ਨਹੀਂ ਹੈਗਾਗਾ ਦੈਨ ਤੀਜਾ ਰੂਲ ਹੈ ਜਿਹੜਾ ਸੀਗਾ ਉਸੇ ਮਾਸਟਰ ਡਿਗਰੀ ਵਾਲਿਆਂ ਦੇ ਲਈ ਕਿ ਜੇ ਤੁਸੀਂ ਕੈਨੇਡਾ ਦੇ ਵਿੱਚ ਮਾਸਟਰਸ ਦੀ ਸਟੱਡੀ ਲੈ ਕੇ ਆਉਂਦੇ ਹੋ ਤਾਂ ਵੀ ਤੁਸੀਂ ਆਪਣੇ ਸਪਾਊਸ ਨੂੰ ਜਿਹੜਾ ਉਹ ਬੁਲਾ ਸਕਦੇ ਹੋ ਸੋ ਇਹ ਗਵਰਨਮੈਂਟ ਨੇ ਮਾਸਟਰ ਡਿਗਰੀ ਨੂੰ ਟਾਰਗੇਟ ਕੀਤਾ ਕਿ ਵੱਧ ਤੋਂ ਵੱਧ ਲੋਕ ਜੜਿਆ ਮਾਸਟਰਸ ਲੈ ਕੇ ਆਉਣਗੇ ਤੇ ਕਿਤੇ ਨਾ ਕਿਤੇ ਜਦੋਂ ਸਟੂਡੈਂਟ ਉੱਥੋਂ ਮਾਸਟਰ ਡਿਗਰੀ ਲੈ ਕੇ ਆਉਂਦਾ ਤਾਂ ਵੀਜ਼ਾ ਦੇ ਚਾਂਸਸ ਜਿਹੜੇ ਆ ਉਹ ਵੀ ਹਾਈ ਹੋ ਜਾਂਦੇ ਆ ਸੋ ਇਹ ਮੇਜਰ ਚੇਂजेस ਸੀਗੇ ਜਿਹੜਾ 2024 ਦੇ ਵਿੱਚ ਹੋਏ ਸਟੂਡੈਂਟ ਵੀਜ਼ਾ ਨੂੰ ਲੈ ਕੇ ਸਪਾਊਸ ਵਰਕ ਪਰਮਨ ਨੂੰ ਲੈ ਕੇ ਹੁਣ ਆਪਾਂ ਗੱਲ ਕਰਦੇ ਆ ਕਿ ਸੋਸ਼ਲ ਮੀਡੀਆ ਤੇ ਬਹੁਤ ਨਿਊਜ਼ ਵਾਇਰਲ ਹੋ ਰਹੀ ਹੈ ਕਿ ਕੈਨੇਡਾ ਦੇ ਵਿੱਚੋਂ 70000 ਸਟੂਡੈਂਟਸ ਨੇ ਰਿਪੋਰਟ ਹੋਣਾ ਵਾ ਬ੍ਰੈਂਟਨ ਵਿੱਚ ਕੁਮਾਂਤਰੀ ਵਿਦਿਆ ਵਲੋਂ ਇੱਕ ਵਾਰੀ ਫੇਰ ਤੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹ ਵਿਦਿਆਰਥੀ ਬ੍ਰਾਮਟਨ ਦੇ ਵਿੱਚ ਕੁਇਨ ਸਟਰੀਟ ਅਤੇ ਹਾਈਵੇ 410 ਦੇ ਇੰਟਰਸੈਕਸ਼ਨ ਉਤੇ ਤਰਨੇ ਉਤੇ ਬੈਠੇ ਹਨ ਇਹਨਾਂ ਵਿਦਿਆਰਥੀਆਂ ਵੱਲੋਂ ਕੈਨੇਡਾ ਸਰਕਾਰ ਵੱਲੋਂ ਸਟੱਡੀ ਪਰਮਿਟ ਅਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟਸ ਵਿੱਚ ਲਿਆਂਦੇ ਬਦਲਾਵਾਂ ਸੰਬੰਧੀ ਰੋਸ ਜ਼ਾਹਿਰ ਕੀਤਾ ਜਾ ਰਿਹਾ ਹੈ ਜਿਹੜਾ ਜਿਹੜੇ ਸਟੂਡੈਂਟਸ ਆ ਉਹ ਰਾਈਟ ਨਾਓ ਜਿਹੜੇ ਪਰਮਨੈਂਟ ਪ੍ਰੋਟੈਸਟ ਤੇ ਬੈਠੇ ਹੋਏ ਆ ਉਹਨਾਂ ਦੀ ਵੀ ਮੰਗ ਇਹ ਹੈ ਕਿ ਸਾਨੂੰ ਰਿਪੋਰਟ ਨਾ ਕੀਤਾ ਜਾਵੇ ਸਾਡੇ ਲਈ ਅੱਗੇ ਰਾਹ ਖੋਲੇ ਜਾਣ ਹੁਣ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਕਿ ਕੀ ਇਹ ਪੂਰਾ ਮਾਮਲਾ ਕੀ ਆ ਸੋ ਕੀ ਹੁੰਦਾ ਸੀ ਪਹਿਲੇ ਜਿਹੜੇ ਟਾਈਮ ਤੇ ਅਸੀਂ ਵੀ ਕੈਨੇਡਾ ਦੇ ਵਿੱਚ ਆਏ ਸੀਗੇ ਉਦੋਂ ਜਦੋਂ ਤੁਸੀਂ ਆਪਣੇ ਪੀਆਰ ਦੀ ਫਾਈਲ ਲੋੜੀ ਹੁੰਦੀ ਸੀ ਤਾਂ ਪੁਆਇੰਟਸ ਬਹੁਤ ਲੋ ਹੁੰਦੇ ਸੀਗੇ ਐਨੇ ਹਾਈ ਪੁਆਇੰਟਸ ਨਹੀਂ ਸੀਗੇ ਪੀ ਪੀਐਨਪੀ ਦੀਆਂ ਤੁਹਾਡੇ ਕੋਲੇ অপਸ਼ਨਸ ਹੁੰਦੀਆਂ ਕਿ ਤੁਸੀਂ ਉਹਦੇ ਥਰੂ ਆਪਣੇ ਪੀਆ ਲਾ ਸਕਦੇ ਹੋ ਪਰ ਪਿਛਲੇ ਸਾਲ ਦੇ ਵਿੱਚ ਕੀ ਹੋਇਆ ਹੈ ਜਾਂ 2024 ਦੇ ਵਿੱਚ ਕੀ ਹੋਇਆ ਹੈ ਕਿ ਜਿਹੜੇ ਜਿਹੜੇ ਪ੍ਰੋਵਿੰਸਿਸ ਦੇ ਵਿੱਚ ਸਟੂਡੈਂਟ ਮੂਵ ਹੋਏ ਸੀ ਆਪਾਂ ਗੱਲ ਕਰੀਏ ਨਿਊ ਬ੍ਰੈਂਸਵਿਕ ਦੀ ਪ੍ਰਿੰਸ ਐਡਵਰਡ ਦੀ ਉੱਥੇ ਸਟੂਡੈਂਟਸ ਨੇ ਆਪਣੇ ਐਕਸਪੀਰੀਅੰਸ ਜਿਹੜੇ ਪੂਰੇ ਕੀਤੇ ਦੋ ਦੋ ਸਾਲ ਉੱਥੇ ਲਾਏ ਉੱਥੇ ਅਨੇ ਠੜ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਸਾਰਾ ਕੁਝ ਉਹਨਾਂ ਨੇ ਆਪਣਾ ਜਿਹੜਾ ਕੰਪਲੀਟ ਕੀਤਾ ਪਰ ਜਦੋਂ ਉਹਨਾਂ ਨੇ ਆਪਣੀ ਫਾਈਲ ਲਾਉਣੀ ਸੀਗੀ ਤਾਂ ਉਸ ਪ੍ਰੋਵਿੰਸ ਨੇ ਪੀਐਨਪੀ ਪਾਜ਼ ਕਰ ਦਿੱਤੀ ਬਹੁਤ ਸਾਰੇ ਸਟੂਡੈਂਟਸ ਜਿਨੇ ਜਿਹੜੇ ਆਲਰੇਡੀ ਉੱਥੇ ਢਾਈ ਢਾਈ ਸਾਲ ਲਾ ਚੁੱਕੇ ਸੀ 3 ਸਾਲ ਦਾ ਵਰਕ ਪਰਮਿਟ ਹੁੰਦਾ ਸਟੂਡੈਂਟਸ ਦੇ ਕੋਚੇ 6-6 ਮਹੀਨੇ 4-4 ਮਹੀਨੇ ਆਲਮੋਸਟ ਇੰਨਾ ਕੁ ਟਾਈਮ ਬਚਿਆ ਵਾ ਹੁਣ ਉਹਨਾਂ ਕੋਲੇ ਦੂਜੀ ਆਪਸ਼ਨ ਕੀ ਆ ਜਾਂ ਤਾਂ ਉਹ ਆਪਣੇ ਸਟੇਟਸ ਨੂੰ ਵਰਕ ਵਿਜ਼ਟਰ ਵੀਜ਼ੇ ਦੇ ਵਿੱਚ ਕਨਵਰਟ ਕਰ ਸਕਦੇ ਆ ਜਾਂ ਦੂਜੀ ਆਪਸ਼ਨ ਕੀ ਆ ਕਿ ਤੁਸੀਂ ਐਲ ਐਮ ਆਈ ਲੈ ਸਕਦੇ ਹੋ ਹੁਣ ਜਿਹੜਾ ਬੰਦਾ ਇੱਥੇ ਪਹਿਲਾਂ ਪੜ੍ਹਾਈ ਕਰੂਗਾ ਕਿਉਂਕਿ ਕਾਲਜ ਦੀ ਫੀਸਾ ਵੀ ਤੁਹਾਨੂੰ ਪਤਾ ਬਹੁਤ ਜ਼ਿਆਦਾ ਵਾ ਜੇ ਆਪਾਂ ਐਲ ਐਮ ਆਈ ਲਵਾਂਗੇ ਆਪਾਂ ਨੂੰ ਉਹ ਵੀ ਬਹੁਤ ਮਹਿੰਗੀ ਪੈ ਜਾਂਦੀ ਆ ਐਸਟਾਈ ਮੰਗਿਆ ਵੀ ਬਹੁਤ ਵੱਡੀ ਪਈ ਆ ਪਹਿਲਾਂ ਆਪਾਂ ਘਰਾਂ ਤੋਂ ਪੈਸੇ ਮੰਗਵਾ ਕੇ ਆਪਣੀਆਂ ਫੀਸਾਂ ਪੇ ਕਰਦੇ ਆ ਤੇ ਹੁਣ ਆਪਾਂ ਘਰਦਿਆਂ ਨੂੰ ਇਹ ਨਹੀਂ ਕਹਿ ਸਕਦੇ ਕਿ ਮੈਂ ਐਲ ਐਮ ਆਈਏ ਲੈਣੀ ਆ ਤੇ ਹੁਣ ਮੈਨੂੰ ਉਹਦੇ ਲਈ ਵੀ ਤੁਸੀਂ ਪੈਸੇ ਭੇਜੋ ਸੋ ਇਸੇ ਕਰਕੇ ਸਟੂਡੈਂਟਸ ਪਰਮਨੈਂਟ ਪ੍ਰੋਟੈਸਟ ਤੇ ਬੈਠੇ ਆ ਕਿ ਸਾਡਾ ਸਟੇਟਸ ਵਧਾਇਆ ਜਾਵੇ ਹੁਣ ਆਪਾਂ ਗੱਲ ਕਰਦੇ ਆਂਗੇ ਵੈਸਟਰ ਵੀਜ਼ੇ ਵਾਲਿਆਂ ਦੀ ਸੋ ਬਹੁਤ ਜ਼ਿਆਦਾ ਨਿਊਜ਼ ਵਾਇਰਲ ਹੋ ਰਹੀ ਆ ਕਿ ਵੈਸਟਰ ਵੀਜ਼ੇ ਵਾਲਿਆਂ ਨੂੰ ਹੁਣ ਵਰਕ ਪਰਮਿਟ ਨਹੀਂ ਮਿਲੂਗਾ ਕੈਨੇਡਾ ਨੇ ਐਲ ਐਮ ਆਈਏ ਬੰਦ ਕਰਤੀਆਂ ਇਦੇ ਵਿੱਚ ਕੁਝ ਤਾਂ ਸੱਚ ਹੈਗਾਗਾ ਪਰ ਪੂਰਾ ਸੱਚ ਨਹੀਂ ਹੈਗਾ ਪੂਰਾ ਸੱਚ ਕੀ ਉਹ ਮੈਂ ਤੁਹਾਨੂੰ ਦੱਸਦਾ ਅੱਗੇ ਜਦੋਂ ਵੈਸਟਰ ਵਿਜੀ ਤੇ ਬੱਚੇ ਜਾਂ ਕੋਈ ਵੀ ਬੰਦਾ ਕੈਨੇਡਾ ਦੇ ਵਿੱਚ ਆਉਂਦਾ ਸੀ ਉਹਨੇ ਆਪ ਦਾ ਸਟੇਟਸ ਚੇਂਜ ਕਰਨਾ ਹੁੰਦਾ ਸੀ ਵਰਕ ਪਰਮਿਟ ਦੇ ਵਿੱਚ ਤਾਂ ਉਹਨੂੰ ਇੱਥੇ ਐਲ ਐਮ ਆਈਏ ਲੈਣੀ ਪੈਂਦੀ ਸੀ ਜਦੋਂ ਉਹ ਐਲ ਐਮ ਆਈਏ ਲੈਂਦਾ ਸੀ ਤਾਂ ਉਹਨੂੰ ਜਿਹੜਾ ਵਰਕ ਪਰਮਿਟ ਆ ਉਹ ਬਾਰਡਰ ਤੋਂ ਜਾ ਕੇ ਲੈ ਕੇ ਆਉਣਾ ਪੈਂਦਾ ਸੀ ਆਨਲਾਈਨ ਅਪਲਾਈ ਕਰਨ ਦੀ ਕੋਈ ਵੀ ਆਪਸ਼ਨ ਨਹੀਂ ਸੀਗੀ ਜਦੋਂ ਕੋਰੋਨਾ ਆਇਆ ਸੀਗਾ ਤਾਂ ਉਸ ਟਾਈਮ ਦੇ ਵਿੱਚ ਗਵਰਨਮੈਂਟ ਨੇ ਕਿਹਾ ਸੀਗਾ ਕਿ ਹੁਣ ਤੁਸੀਂ ਆਪਣਾ ਜਿਹੜਾ ਵਰਕ ਪਰਮਿਟ ਆ ਐਲਐਮਆਈਏ ਬੇਸਡ ਆਨਲਾਈਨ ਅਪਲਾਈ ਕਰ ਸਕਦੇ ਹੋਗੇ ਤੇ ਇਹ ਪਾਲਿਸੀ ਉਹਨਾਂ ਨੇ ਪਹਿਲਾਂ ਸਟਾਰਟ ਕੀਤੀ ਸੀ 2019 ਦੇ ਵਿੱਚ ਫਿਰ ਉਹਨਾਂ ਨੇ ਵਧਾਤੀ ਸੀ ਅੱਗੇ ਪਰ ਰੀਸੈਂਟਲੀ ਉਹਨਾਂ ਨੇ ਪਾਲਿਸੀ ਬੰਦ ਕਰਤੀ ਆ ਹੁਣ ਫਿਰ ਬੈਕ ਜਿੱਦਾਂ ਪਹਿਲਾਂ ਬਾਰਡਰ ਤੇ ਜਾਣਾ ਪੈਂਦਾ ਸੀ ਹੁਣ ਫਿਰ ਤੁਹਾਨੂੰ ਬਾਰਡਰ ਤੇ ਹੀ ਜਾਣਾ ਪਊਗਾ ਵਰਕ ਪਰਮਿਟ ਲੈਣ ਦੇ ਲਈ ਜਿਹਦਾ ਮਤਲਬ ਇਹ ਆ ਕਿ ਵਰਕ ਪਰਮਿਟ ਬੰਦ ਨਹੀਂ ਹੋਏ ਸਿਰਫ ਆਨਲਾਈਨ ਨਹੀਂ ਆਪਾਂ ਅਪਲਾਈ ਕਰ ਸਕਦੇ ਦੂਸਰੀ ਗੱਲ ਕਰੀਏ ਕਿ ਜੜੀਆਂ ਵੀ ਹੁਣ ਬਹੁਤ ਸਾਰੀ ਇਹ ਨਿਊਜ਼ ਵੀ ਆ ਰਹੀ ਜਾਂਦੇ ਕਿ ਐਲਐਮਆਈਏ ਬੰਦ ਹੋਈਆਂ ਐਲਐਮਆਈਏ ਬੰਦ ਨਹੀਂ ਹੋਈਆਂ ਨੇ ਉਹਨਾਂ ਨੇ ਇੱਕ ਨਵਾਂ ਚੇਂਜ ਕੀਤਾ ਐਲਐਮਆਈਏ ਦੇ ਵਿੱਚ ਪਹਿਲਾਂ ਕੀ ਹੁੰਦਾ ਸੀ ਲੋ ਵੇਜ ਰੇਟ ਮੀਨਸ ਕਿ 24 25 ਡਾਲਰ ਦੀ ਕੋਈ ਵੀ ਐਲਐਮਆਈਏ ਸੀ ਬੇਸਿਕ ਪੇ ਰੇਟ ਤੇ ਸੀ ਤਾਂ ਉਹ ਅਪਰੂਵ ਹੋ ਜਾਂਦੀ ਸੀ ਤੁਸੀਂ ਉਹ ਐਲਐਮਆਈਏ ਲੈ ਕੇ ਇੱਥੇ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਦੇ ਸੀਗੇ ਹੁਣ ਗਵਰਨਮੈਂਟ ਨੇ ਸਖਤੀ ਕੀਤੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਲੋ ਵੇਜ ਐਲਐਮਆਈ ਐ ਉਹਨਾਂ ਨੂੰ ਅਸੀਂ ਮੋਨੀਟਰ ਕਰਾਂਗੇ ਉਹ ਕਿਦਾਂ ਵੀ ਮੰਨ ਲਓ ਕੋਈ ਵੀ ਬੰਦਾ ਬ੍ਰੈਂਪਟਨ ਦੇ ਵਿੱਚ ਆਇਆ ਇੱਥੇ ਜੇਕਰ ਉਹ ਐਲਐਮਆਈ ਲੈਣਾ ਚਾਹੁੰਦਾ ਤਾਂ ਜਦੋਂ ਉਹਦੀ ਐਲਐਮਆਈ ਦੀ ਐਪਲੀਕੇਸ਼ਨ ਜਾਊਗੀ ਤਾਂ ਗਵਰਨਮੈਂਟ ਚੈੱਕ ਕਰੂਗੀ ਕਿ ਕੀ ਇੱਥੇ ਅਨਪਲਾਈਮੈਂਟ ਰੇਟ ਕਿੰਨਾ ਕਾ ਵੀ ਇੱਥੇ ਵਿਹਲੇ ਲੋਕ ਕਿੰਨੇ ਕ ਬੈਠੇ ਨੇ ਜਿਨ੍ਹਾਂ ਕੋਲੇ ਜੌਬ ਨਹੀਂ ਹੈਗੀਆਂ ਜਿਨ੍ਹਾਂ ਕੋਲੇ ਰਜਗਾਰ ਨਹੀਂ ਹੈਗਾ ਜੇ ਤਾਂ ਉਹ ਐਮਪਲਾਈਮੈਂਟ ਰੇਟ 6% ਜਾਂ ਉਸ ਤੋਂ ਜ਼ਿਆਦਾ ਹੈਗਾ ਤਾਂ ਤੁਹਾਡੀ ਐਲਐਮਆਈ ਅਪਰੂਵ ਨਹੀਂ ਹੋਊਗੀ ਜੇ ਕਿਸੇ ਵੀ ਏਰੀਏ ਦੇ ਵਿੱਚ ਕੈਨੇਡਾ ਦੇ ਵਿੱਚ ਉਹ এমਪਲॉयਮੈਂਟ ਰੇਟ 6% ਤੋਂ ਘੱਟਾ ਫਿਰ ਉਹ ਐਲਐਮਆਈ ਜਿਹੜੀ ਅਪਰੂਵ ਹੋਊਗੀ ਸੋ ਸਿੱਧੀ ਜੀ ਗੱਲ ਇਹ ਆ ਵੀ ਉਹਨਾਂ ਨੇ ਇਹ ਚੇਂਜ ਤਾਂ ਕਰਤਾ ਪਰ ਕੈਨੇਡਾ ਦੇ ਵਿੱਚ ਕੋਈ ਐਦਾਂ ਦਾ ਏਰੀਆ ਹੈ ਨਹੀਂ ਜਿੱਥੇ ਅਨਪਲॉयਮੈਂਟ ਰੇਟ 6% ਤੋਂ ਘੱਟ ਹੋਵੇ ਕਿਉਂਕਿ ਲੋਕ ਵਿਹਲੇ ਬੈਠੇ ਨੇ ਕਿੰਨੇ ਸਟੂਡੈਂਟ ਵਿਹਲੇ ਬੈਠੇ ਨੇ ਕਿੰਨੇ ਵਰਕ ਪਰਮਿਟ ਹੋਲਡਰ ਵਿਹਲੇ ਬੱਠੇ ਨੇ ਇੱਥੋਂ ਤੱਕ ਕਿ ਪੱਕੇ ਲੋਕਾਂ ਨੂੰ ਵੀ ਕੰਮ ਨਹੀਂ ਮਿਲ ਰਿਹਾ ऐसे करके ਤੁਸੀਂ ਉਹ ਐਲ ਐਮ ਆਈਏ ਤਾਂ ਕਹਰੇ ਵੀ ਉਹ ਬੰਦ ਹੀ ਹੋ ਗਈ ਇੱਕ ਸਾਡੀ ਕਿਉਂਕਿ ਇਹ ਉਦੋਂ ਦਾ ਕੋਈ ਏਰੀਆ ਹੈ ਹੀ ਨਹੀਂਗਾ ਬਟ ਇਹ ਨਹੀਂ ਹੈਗਾ ਵੀ ਉਹ ਕੰਪਲੀਟਲੀ ਬੰਦ ਦਾ ਸਟਿਲ ਤੁਸੀਂ ਆਪਣੀਆਂ ਆਪਸ਼ਨਾਂ ਦੇਖ ਸਕਦੇ ਹੋ ਹਾਈ ਵੇਜ ਰੇਟ ਐਲ ਐਮ ਆਈਏ ਦੇ ਵਿੱਚ ਤੁਹਾਨੂੰ ਜਾਣਾ ਪੈ ਸਕਦਾ ਉਹਦੇ ਲਈ ਕਹਿ ਲਓ ਕਿ ਸਕਿੱਲ ਵਰਕ ਹੋਣਾ ਚਾਹੀਦਾ ਹਣਾ ਸੋ ਕਾਫੀ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਹੁਣ ਨਵੀਆਂ ਉਹਨਾਂ ਨੇ ਇੰਪਲੀਮੈਂਟ ਕੀਤੀਆਂ ਨੇ ਸੋ ਇਸੇ ਗਿਆ ਮੇਨ ਅਪਡੇਟਸ ਜਿਹੜੀਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ 2024 ਦੇ ਵਿੱਚ ਕੈਨੇਡਾ ਨੇ ਕੀ ਕੀ ਚੇਂਜਸ ਕੀਤੇ ਇੱਥੇ ਮੈਂ ਇੱਕ ਹੋਰ ਗੱਲ ਕਹਿਣਾ ਚਾਹਣਾ ਥੋੜੀ ਜੀ ਕਿ ਬਹੁਤ ਸਾਰੇ ਬੱਚੇ ਜਿਹੜੇ ਆ ਪਲੱਸ 2 ਕਰ ਰਹੇ ਆ ਕਿ ਜਾਂ ਗ੍ਰੈਜੂਏਸ਼ਨ ਕਰ ਰਹੇ ਆ ਸੋ ਕਈ ਵਾਰੀ ਉਹਨਾਂ ਨੂੰ ਇਹ ਲੱਗਦਾਗਾ ਵੀ ਕੈਨੇਡਾ ਹੁਣ ਅਸੀਂ ਜਾ ਨਹੀਂ ਸਕਦੇ ਸਾਡੇ ਲਈ ਔਖਾ ਹੋ ਗਿਆ ਔਖਾ ਕੁਝ ਨਹੀਂ ਹੋਇਆ ਸਾਡਾ ਰੀਸੈਂਟਲੀ ਵੀਜ਼ੇ ਵੀ ਆਏ ਆ ਸਾਡੇ ਸਟੱਡੀ ਵੀਜ਼ੇ ਤੇ ਜਿਨ੍ਹਾਂ ਦਾ ਆਪਾਂ ਇੰਡੀਆ ਤੋਂ ਵੀਜ਼ੇ ਲਾਏ ਸੀਗੇ ਤੇ ਉਹਨਾਂ ਦੇ ਕਹ ਲੋ ਕਿ ਜਿਹੜਾ ਸਕਸੈਸ ਰੇਟ ਆ ਸਟੱਡੀ ਪਰਮਿਟ ਦਾ ਉਹ ਬਹੁਤ ਵਧੀਆ ਹੋਂ ਸਟੱਡੀ ਵੀਜ਼ੇ ਦਾ ਕਾਰਨ ਇਹਦਾ ਕੀ ਆ ਕਿਉਂਕਿ ਗਵਰਨਮੈਂਟ ਨੇ ਇੱਥੇ ਪੀ ਐਲ ਇਸ਼ੂ ਕੀਤੇ ਆਗੇ ਹਨਾ ਪ੍ਰੋਵੀਜ਼ਨਲ ਅਟੈਸਟ ਪੀ ਐਲ ਲੈਟਰ ਹੁੰਦਾ ਵੀ ਗਵਰਨਮੈਂਟ ਨੇ ਜਦੋਂ ਇੱਥੇ ਇੱਕ ਨੰਬਰ ਸੈੱਟ ਕੀਤੇ ਆਗੇ ਕੈਪ ਲਾਈ ਆ ਸਟੂਡੈਂਟ ਵੀਜ਼ੇ ਤੇ ਸੋ ਗਵਰਨਮੈਂਟ ਨੇ ਮੰਨ ਲਓ 100 ਲੈਟਰੋ ਕਿਸੇ ਵੀ ਕਾਲਜ ਨੂੰ ਦੇਤਾ ਤੇ ਉਹ ਕਾਲਜ ਨੇ ਉਹ 100 ਲੈਟਰ ਕਿਸੇ ਸਟੂਡੈਂਟ ਨੂੰ ਇਸ਼ੂ ਕੀਤਾ ਜਿਨ੍ਹਾਂ ਨੇ ਕੈਨੇਡਾ ਆਉਣਾ ਸੋ ਜਿਨ੍ਹਾਂ ਨੂੰ ਉਹ ਲੈਟਰ ਤਾਂ ਇਸ਼ੂ ਹੋ ਰਹੇ ਆ ਉਹਨਾਂ ਦਾ ਸਟੱਡੀ ਵੀਜ਼ਾ ਲੱਗ ਰਿਹਾਗਾ ਸੋ ਜਿਨ੍ਹਾਂ ਨੂੰ ਲੈਟਰ ਨਹੀਂ ਇਸ਼ੂ ਹੋ ਰਹੇ ਜਾਂ ਕਿੰਨਾ ਕਿਸੇ ਦਾ ਆਫਰ ਲੈਟਰ ਨਹੀਂ ਆ ਰਿਹਾ ਉਹਨਾਂ ਦਾ ਵੀਜ਼ਾ ਨਹੀਂ ਲੱਗ ਰਿਹਾ ਬਟ ਜਿਨ੍ਹਾਂ ਦੇ ਜਿਨ੍ਹਾਂ ਜਿਹਨਾਂ ਨੂੰ ਵੀ ਉਹ ਇਸ਼ੂ ਹੋਏ ਨਹੀਂ ਉਹਨਾਂ ਦਾ ਵੀਜ਼ਾ ਸਕਸੈਸ ਰੇਟ ਬਹੁਤ ਵਧੀਆਗਾ ਸੋ ਤੁਸੀਂ ਇਸ ਚੀਜ਼ ਤੋਂ ਨਾ ਘਬਰਾਓ ਕਿ ਵੀਜ਼ਾ ਨਹੀਂ ਲੱਗ ਰਿਹਾ ਵੀਜ਼ਾ ਬਹੁਤ ਵਧੀਆ ਤਰੀਕੇ ਦੇ ਨਾਲ ਲੱਗ ਰਿਹਾ ਪਰ ਬਸ ਇਹੀ ਆ ਵੀ ਤੁਹਾਨੂੰ ਬਹੁਤ ਚੀਜ਼ਾਂ ਦਾ ਧਿਆਨ ਰੱਖ ਕੇ ਤੇ ਪ੍ਰਪੇਅਰ ਹੋ ਕੇ ਆਉਣਾ ਪਊਗਾ ਸੋ ਇਹ ਸੀਗੀਆਂ ਮੇਨ ਅਪਡੇਟਸ ਜਿਹੜੀਆਂ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕੈਨੇਡਾ ਦੇ ਵਿੱਚ ਹੁਣ ਸਟੂਡੈਂਟ ਕਿੰਨੇ ਘੰਟੇ ਕੰਮ ਕਰ ਸਕਦੇ ਕਿਉਂਕਿ ਮੇਨ ਕੁਐਸਚਨ ਆ ਹਰੇਕ ਦਾ ਕਿ 120 20 ਆਵਰਸ ਦਾ 24 ਆਵਰਸ ਸੋ ਇਹ ਗੱਲਬਾਤ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਜੇ ਤੁਸੀਂ ਹਾਲੇ ਵੀ ਸਾਡਾ ਇੰਸਟਾਗ੍ਰam ਪੇ ਸਿੱਧੂ ਕਪਲ ਬੇਸ ਫੋਲੋ ਨਹੀਂ ਕੀਤਾ ਛੇਤੀ ਜਾ ਉਹ ਫੋਲੋ ਕਰੋ ਇਮੀਗ੍ਰੇਸ਼ਨ ਨਾਲ ਰਿਲੇਟਡ ਸਾਰੀਆਂ ਅਪਡੇਟਸ ਅਸੀਂ ਆਪਣੇ ਇੰਸਟਾਗ੍ਰਾਮ ਪੇਜ ਤੇ ਪੋਸਟ ਕਰਦੇ ਆ ਤੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ